ਦਰਿਆ ਰਾਵੀ ਦੇ ਇਰਦ ਗਿਰਦ ਸਾਹੀਵਾਲ ਦੇ ਜਿਹੜਾ ਏਰੀਆ ਜਾਂ ਫੈਸਲਾਬਾਦ ਦੇ ਕਰੀਬ ਦਰਿਆਵਾਂ ਦੇ ਦੋਵਾਂ ਸਾਈਡਾਂ 'ਤੇ ਇੱਥੇ ਅਸੀਂ ਕੁਛ ਚੀਜ਼ਾਂ ਐਕਸਪਲੋਰ ਕਰ ਰਹੇ ਹਾਂ, ਪੁਰਾਣੀਆਂ ਇੱਥੋਂ ਦੇ ਜਿਹੜੀ ਦਿਹਾਤੀ ਜ਼ਿੰਦਗੀ ਹੈ, ਜਿਹੜੇ ਇੱਥੋਂ ਦੇ ਕੁਛ ਦਰਬਾਰ ਨੇ, ਹੋਲੀ ਪਲੇਸਿਸ ਨੇ ਜਿਹੜੀਆਂ। ਇਹ ਜਗ੍ਹਾ ਕਿਸ ਨਾਂ ਤੋਂ ਮਸ਼ਹੂਰ ਹੈ? ਇਸ ਨੂੰ ਇਸ ਜਗ੍ਹਾ 'ਤੇ ਕੁਛ ਖੇਮ ਚੰਦ ਆਖਿਆ ਜਾਂਦਾ, ਕੁਛ ਲੋਕ ਕਹਿੰਦੇ ਨੇ, ਕੋਈ ਬਾਬਾ ਖੇਮ ਚੰਦ ਸ਼ਾਹ ਕਹਿੰਦੇ ਨੇ, ਕੋਈ ਕੁਛ ਕਹਿੰਦੇ ਨੇ। ਇਹ ਗੁਰਦੁਆਰਾ ਸਾਹਿਬ ਨਹੀਂ ਹੈ, ਇਹ ਤਾਂ ਕਨਫਰਮ ਹੈ। ਇਹ ਬੇਸ਼ੱਕ ਉਹਨਾਂ ਦਾ ਮਜ਼ਹਬ ਹਿੰਦੂ ਸੀ, ਲੇਕਿਨ ਇੱਥੋਂ ਦੇ ਲੋਕ ਹਜੇ ਵੀ ਰਿਸਪੈਕਟ ਵੀ ਕਰਦੇ ਨੇ ਅਤੇ ਮੰਨਤ ਵਗੈਰਾ ਵੀ ਮੰਨਦੇ ਨੇ, ਇੱਥੇ ਆ ਕੇ ਦੀਵਾ ਜਲਾਉਂਦੇ ਨੇ। ਅਸਲਾਮ ਅਲੈਕੁਮ ਜੀ, ਅਸੀਂ ਦਰਿਆ ਰਾਵੀ ਦੇ ਇਰਦ ਗਿਰਦ ਸਾਹੀਵਾਲ ਦੇ ਜਿਹੜਾ ਏਰੀਆ ਜਾਂ ਫੈਸਲਾਬਾਦ ਦੇ ਕਰੀਬ ਦਰਿਆਵਾਂ ਦੇ ਦੋਵਾਂ ਸਾਈਡਾਂ 'ਤੇ ਇੱਥੇ ਅਸੀਂ ਕੁਛ ਚੀਜ਼ਾਂ ਐਕਸਪਲੋਰ ਕਰ ਰਹੇ ਹਾਂ, ਪੁਰਾਣੀਆਂ ਇੱਥੋਂ ਦੇ ਜਿਹੜੀ ਦਿਹਾਤੀ ਜ਼ਿੰਦਗੀ ਹੈ, ਜਿਹੜੇ ਇੱਥੋਂ ਦੇ ਕੁਛ ਦਰਬਾਰ ਨੇ, ਹੋਲੀ ਪਲੇਸਿਸ ਨੇ ਜਿਹੜੀਆਂ, ਔਰ ਕੁਛ ਖੇਤੀਬਾੜੀ ਦੇ ਮੁਤਲਕ ਵੀ ਚੀਜ਼ਾਂ ਨੂੰ ਅਸੀਂ ਉਹਦੀ ਵੀਡੀਓਜ਼ ਉਹਨਾਂ ਦੇ ਮੁਤਲਕ ਬਣਾ ਰਹੇ ਸੀ। ਅਤੇ ਸਾਨੂੰ ਇੱਥੇ ਮੁਹਤਰਮ ਮੁਹੰਮਦ ਬਖਸ਼ ਸਾਹਿਬ ਨੇ ਦੱਸਿਆ ਕਿ ਇੱਥੇ ਸਾਡੇ ਕਰੀਬ ਪਿੰਡਾਂ ਦੇ ਇੱਕ ਜਗ੍ਹਾ ਮਸ਼ਹੂਰ ਹੈ ਜਿਹਨੂੰ ਖੇਮ ਚੰਦ ਦੇ ਨਾਂ ਤੋਂ ਇਹ ਮਸ਼ਹੂਰ ਹੈ। ਇਹਨਾਂ ਦੇ ਵਾਲਦ ਸਾਹਿਬ ਨੂੰ ਸਾਨੂੰ ਦੱਸਿਆ ਕਿ ਇੱਥੇ ਇੱਕ ਪੁਰਾਣੀ ਜਗ੍ਹਾ ਹੈ ਅਤੇ ਉਹ ਕਿਤੇ ਨਾ ਅੱਜ ਬੇਆਬਾਦ ਜੀ ਪਈ ਹੈ, ਅਤੇ ਉਹ ਪਤਾ ਨਹੀਂ ਕੀ ਹੈ, ਉਹ ਮੰਦਿਰ ਹੈ ਜਾਂ ਗੁਰਦੁਆਰਾ ਹੈ, ਅਤੇ ਉਹਨੂੰ ਵੀ ਤੁਸੀਂ ਵਿਜ਼ਿਟ ਕਰਨਾ। ਅਤੇ ਅੱਜ ਅਸੀਂ ਇੱਥੇ ਆਏ ਹਾਂ ਅਤੇ ਸਾਡੀ ਜਿਹੜੀ ਰਹਿਨਮਾਈ ਕੀਤੀ ਉਹ ਸਾਨੂੰ ਇੱਥੇ ਤੱਕ ਲਿਆਏ, ਟਾਈਮ ਦਿੱਤਾ ਇਹ ਮੁਹੰਮਦ ਬਖਸ਼ ਸਾਹਿਬ ਨੇ, ਇਹਨਾਂ ਦੀ ਬੜੀ ਮਿਹਰਬਾਨੀ। ਅਤੇ ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਅੱਛਾ, ਸਾਨੂੰ ਇਹ ਦੱਸਣਾ ਕਿ ਇਹ ਕਿਹੜੀ ਜਗ੍ਹਾ ਹੈ? ਇਹ ਜੀ ਤਹਿਸੀਲ ਤਾਂਦਲਿਆਂ ਵਾਲਾ, ਜ਼ਿਲ੍ਹਾ ਫੈਸਲਾਬਾਦ। ਇੱਥੇ ਮੇਨ ਜਿਹੜੀ ਜਗ੍ਹਾ ਹੈ ਉਹ ਕਿਲਿਆਂ ਵਾਲਾ ਹੈ ਜੀ, ਨਜ਼ਦੀਕ। ਅੱਛਾ ਜੀ। ਅਤੇ ਨਾਲ ਬਿਲਕੁਲ ਹੀ 3-4 ਕਿਲੋਮੀਟਰ ਦੇ ਫਾਸਲੇ 'ਤੇ ਦਰਿਆ ਰਾਵੀ ਵਹਿ ਰਿਹਾ ਜੀ। ਦਰਿਆ ਰਾਵੀ ਵਹਿ ਰਿਹਾ। ਅੱਛਾ, ਅਸੀਂ ਤੁਹਾਨੂੰ ਨਾ ਇੱਕ ਸਾਡੇ ਨਾਲ ਮੁਹੰਮਦ ਬਖਸ਼ ਸਾਹਿਬ ਨੇ ਇਹ ਇੱਕ ਖੂਬਸੂਰਤੀ ਜਿਹੜੀ ਹੈ ਨਾ, ਤੁਹਾਨੂੰ ਥੋੜ੍ਹਾ ਥੋੜ੍ਹਾ ਨਾ ਇੱਕ ਜ਼ੁਬਾਨ ਦਾ ਵੀ ਜਿਹੜਾ ਲਹਿਜੇ ਦਾ ਵੀ ਇੱਕ ਮਜ਼ਾ ਆਏਗਾ ਇਹਨਾਂ ਨਾਲ, ਇਸ ਕਰਕੇ ਵੀ ਗੱਲ ਕੀਤੀ ਹੈ ਤਾਂ ਕਿ ਉਹ ਵੀ ਚੀਜ਼ਾਂ ਰਿਕਾਰਡ 'ਚ ਆ ਜਾਣ। ਅਤੇ ਅੱਛਾ, ਇਹ ਜਿਹੜੀ ਇਸ ਟਾਈਮ ਸਾਨੂੰ ਪਿੱਛੇ ਇੱਕ ਇਸ ਟਾਈਮ ਬਿਲਡਿੰਗ ਨਜ਼ਰ ਆ ਰਹੀ ਹੈ, ਉਹ ਬਿਲਡਿੰਗ ਹੈ ਜਿਹਦੇ ਮੁਤਲਕ ਸਾਨੂੰ ਇਹਨਾਂ ਦੇ ਵਾਲਦ ਸਾਹਿਬ ਨੇ ਦੱਸਿਆ, ਪਰ ਉਹਨਾਂ ਸਾਨੂੰ ਕਿਹਾ ਤੁਸੀਂ ਜ਼ਰੂਰ ਵਿਜ਼ਿਟ ਕਰਨਾ ਅਤੇ ਹੁਣ ਇਹ ਸਾਨੂੰ ਮੁਹੰਮਦ ਬਖਸ਼ ਸਾਹਿਬ ਉਹਨਾਂ ਦੇ ਬੇਟੇ ਇੱਥੇ ਲੈ ਕੇ ਆਏ ਨੇ। ਅਤੇ ਉਹ ਬਿਲਡਿੰਗ ਸਾਨੂੰ ਪਿੱਛੇ ਨਜ਼ਰ ਆ ਰਹੀ ਹੈ, ਅਤੇ ਇਹਨੂੰ ਇੱਥੇ ਕੀ ਕਹਿੰਦੇ ਨੇ? ਇਸ ਜਗ੍ਹਾ ਕਿਸ ਨਾਂ ਤੋਂ ਮਸ਼ਹੂਰ ਹੈ? ਇਸ ਨੂੰ ਇਸ ਜਗ੍ਹਾ 'ਤੇ ਕੁਛ ਖੇਮ ਚੰਦ ਆਖਿਆ ਜਾਂਦਾ, ਕੁਛ ਲੋਕ ਕਹਿੰਦੇ ਨੇ, ਕੋਈ ਬਾਬਾ ਖੇਮ ਚੰਦ ਸ਼ਾਹ ਕਹਿੰਦੇ ਨੇ, ਕੋਈ ਕੁਛ ਕਹਿੰਦੇ ਨੇ, ਲੇਕਿਨ ਇੱਕ ਲਫ਼ਜ਼ ਜਾਂ ਇੱਕ ਨਾਂ ਤੋਂ ਨਹੀਂ ਇਹਨੂੰ ਇੱਥੋਂ ਮਨਸੂਬ ਕੀਤਾ ਜਾ ਸਕਿਆ। ਕੁਛ ਨਾਲ ਸ਼ਾਹ ਦਾ ਲਫ਼ਜ਼ ਲਾ ਦਿੰਦੇ ਨੇ, ਕੁਝ ਚੰਦ ਲਾ ਦਿੰਦੇ ਨੇ ਖੇਮ ਚੰਦ, ਕੋਈ ਚੰਨ ਆਖ ਦਿੰਦੇ ਨੇ, ਅਤੇ ਇਸ ਤਰ੍ਹਾਂ ਕਰਕੇ ਕੋਈ ਐਗਜੈਕਟ ਇਹਦਾ ਜਿਹੜਾ ਨਾਂ ਹੈ ਨਾ ਉਹ ਨਹੀਂ ਇੱਥੇ। ਹਾਂਜੀ। ਅੱਛਾ, ਇੱਕ ਥੋੜ੍ਹਾ ਜਿਹਾ ਸਾਨੂੰ ਦੱਸਣਾ ਕਿ ਇੱਥੇ ਹੋਰ ਵੀ ਜਿਹੜੇ ਔਲੀਆ ਅੱਲਾ ਨੇ ਉਹਨਾਂ ਦੇ ਵੀ ਕੋਈ ਦਰਬਾਰ ਸ਼ਰੀਫ ਕਿਹੜੇ ਕਿਹੜੇ ਨੇ ਜ਼ਿਆਦਾ ਮਸ਼ਹੂਰ, ਜਿੱਥੇ ਜ਼ਿਆਦਾ ਲੋਕ ਜਾਂਦੇ ਨੇ? ਨਜ਼ਦੀਕ ਖਾਜਾ ਹਬੀਬੁੱਲਾ ਰਹਿਮਤੁੱਲਾ ਅਲੈ, ਹਜ਼ਰਤ ਪੀਰ ਸਲਾਹਉਦੀਨ ਸਿਆਰ ਰਹਿਮਤੁੱਲਾ ਅਲੈ, ਇਹ ਬਹੁਤ ਜ਼ਿਆਦਾ ਮਸ਼ਹੂਰ ਨੇ। ਫਿਰ ਕੁਛ ਫਾਸਲੇ 'ਤੇ ਹਜ਼ਰਤ ਪੀਰ ਸੈਦ ਸ਼ਬੀਰ ਅਹਿਮਦ ਸ਼ਾਹ ਸਾਹਿਬ ਕਸੂਰੀ, ਉਹਨਾਂ ਦਾ ਦਰਬਾਰ ਹੈ ਇੱਥੇ, ਇਹ ਜ਼ਿਆਦਾ ਮਸ਼ਹੂਰ ਨੇ। ਅੱਛਾ ਜੀ, ਇਹ ਅਸੀਂ ਜਿਹੜੀ ਹੈ ਨਾ ਤੁਹਾਨੂੰ ਵੀ ਹੁਣ ਅਸੀਂ ਇਹ ਜਗ੍ਹਾ ਅੰਦਰੋਂ ਦਿਖਾਉਂਦੇ ਹਾਂ। ਅਸੀਂ ਇਹਨੂੰ ਪਹਿਲੇ ਵੈਸੇ ਇੱਕ ਰਫ ਜਿਹਾ ਇਹਦਾ ਵਿਜ਼ਿਟ ਕੀਤਾ, ਕੁਛ ਇਹਦੇ ਮੁਤਲਕ ਮਾਲੂਮਾਤ ਵੀ ਸਾਨੂੰ ਦਿੱਤੀਆਂ ਨੇ। ਮੈਂ ਇੰਟਰਨੈਟ ਦੇ ਜ਼ਰੀਏ, ਸੋਸ਼ਲ ਮੀਡੀਆ ਦੇ ਜ਼ਰੀਏ ਰਾਬਤਾ ਕੀਤਾ ਸਾਡੇ ਪੰਜਾਬ ਦੇ ਇੰਡੀਅਨ ਸਾਈਡ ਦਾ ਜਿਹੜੇ ਪੰਜਾਬ ਹੈ ਉੱਥੋਂ ਦੇ ਇੱਕ ਅਦੀਬ ਨੇ, ਸ਼ਾਇਰ ਨੇ, ਲਿਖਾਰੀ ਨੇ, ਨਰਵਿੰਦਰ ਸਿੰਘ ਕੁਸ਼ਾਲ ਸਾਹਿਬ, ਉਹਨਾਂ ਨੇ ਸਾਡੀ ਰਹਿਨਮਾਈ ਕੀਤੀ ਤਸਵੀਰਾਂ ਦੇਖ ਕੇ, ਅਤੇ ਉਹਨਾਂ ਨੇ ਦੱਸਿਆ ਕਿ ਇਹ ਕੋਈ ਯਕੀਨਨ ਇਹ ਹਿੰਦੂ ਟੈਂਪਲ ਹੈ। ਹਾਂ ਜਨਾਬ ਅਬਦੁੱਲਾ ਸਾਹਿਬ, ਇਹ ਹੈ ਤਾਂ ਹਿੰਦੂ ਟੈਂਪਲ ਹੀ, ਇਹ ਗੁਰਦੁਆਰਾ ਸਾਹਿਬ ਨਹੀਂ ਹੈ, ਇਹ ਤਾਂ ਕਨਫਰਮ ਹੈ। ਇਹ ਦੂਸਰੀ ਗੱਲ ਹੈ, ਇਹਦੇ ਵਿੱਚ ਕੁਛ ਤਸਵੀਰਾਂ ਨੇ ਜਿਹੜੀਆਂ ਉਹ ਰਮਾਇਣ ਦੇ ਨਾਲ ਸੰਬੰਧਿਤ ਨੇ, ਕੁਛ ਜਿਹੜੀਆਂ ਹੈਗੀਆਂ ਸ਼ਿਵਜੀ ਨਾਲ ਸੰਬੰਧਿਤ ਨੇ। ਉੱਪਰ ਇੱਕ ਗ੍ਰਿਫ ਫੋਟੋ ਹੈਗੀ ਹੈ ਜਿਹਦੇ ਵਿੱਚ ਗੁਰਮੁਖੀ 'ਚ ਲਿਖਿਆ ਹੋਇਆ ਹੈ, ਸਿਆਪਤੀ ਰਾਮ ਕੀ ਜੈ। ਇਸੇ ਤਰ੍ਹਾਂ ਇੱਕ ਪਾਸੇ ਜਿਹੜਾ ਹੈਗਾ ਲਿਖਿਆ ਹੈ, ਸ਼ਿਵ ਸ਼ੰਕਰ ਕੀ ਜੈ। ਇਸੇ ਤਰ੍ਹਾਂ ਉੱਪਰ ਜਿਹੜਾ ਹੈਗਾ ਇੱਕ ਫੋਟੋ 2-3 ਵਾਰੀ ਆਈਆਂ ਨੇ, ਉਹ ਗੁਰੂ ਨਾਨਕ ਸਾਹਿਬ ਬੈਠੇ ਨੇ ਵਿਚਕਾਰ, ਇੱਕ ਪਾਸੇ ਮਰਦਾਨਾ ਹੈ ਔਰ ਇੱਕ ਪਾਸੇ ਬਾਲਾ ਹੈ। ਇਹ ਦਿਸ ਇਜ਼ ਸ਼ੋਰ ਕਿ ਇਹ ਜਿਹੜਾ ਹੈਗਾ ਨਾ ਇਹ ਕੋਈ ਹਿੰਦੂ ਟੈਂਪਲ ਹੀ ਹੈ, ਇਹ ਗੁਰਦੁਆਰਾ ਸਾਹਿਬ ਨਹੀਂ ਹੈ, ਮੇਰਾ ਤਾਂ ਇਸ ਤਰ੍ਹਾਂ ਦਾ ਵਿਚਾਰ ਹੈ। ਇਸੇ ਤਰ੍ਹਾਂ ਇੱਕ ਹੋਰ ਇਹਦੇ ਵਿੱਚ ਤਸਵੀਰ ਹੈ ਜਿਹਦੇ ਵਿੱਚ ਨਾ ਨੀਲ ਲਿਖਿਆ ਹੈ, ਨੀਲ ਸਾਡੇ ਇੱਕ ਰਮਾਇਣ ਦੇ ਵਿੱਚ ਪਾਤਰ ਹੈ ਜਿਹਨੇ ਸ਼੍ਰੀ ਰਾਮ ਦੀ ਜਿਹੜੀ ਹੈਗੀ ਹੈ ਨਾ ਬੜੀ ਮਦਦ ਕੀਤੀ ਸੀ, ਜਿਸ ਵੇਲੇ ਸੀਤਾ ਨੂੰ ਰਾਵਣ ਲੈ ਗਿਆ ਸੀ, ਉਹਨਾਂ ਨੂੰ ਬਨਵਾਸ ਜਦੋਂ ਆਇਆ ਸੀ ਉਦੋਂ ਮਿਲਦੇ ਨੇ ਨਲ ਅਤੇ ਨੀਲ, ਜਿਨ੍ਹਾਂ ਨੇ ਪੁੱਲ ਬਣਾਉਣ 'ਚ ਬੜੀ ਮਦਦ ਕੀਤੀ ਸੀ।
ਜਿਹੜਾ ਲੰਕਾ ਨੂੰ ਬਣਾਇਆ ਜਿਹਨੂੰ ਰਾਮ ਸੇਤੂ ਆਖਦੇ ਨੇ। ਇਹ ਮਤਲਬ ਬਿਲਕੁਲ ਪੱਕੀ ਗੱਲ ਹੈ, ਇਹ ਕਨਫਰਮਡ ਹੈ ਬਿਲਕੁਲ ਇਹ ਕਿ ਇਹ ਦਿਸ ਇਜ਼ ਏ ਹਿੰਦੂ ਟੈਂਪਲ ਨੋਟ ਏ ਗੁਰਦੁਆਰਾ। ਦਾ ਪਿਕਚਰ ਜਿਹੜੀਆਂ ਫੋਟੋਆਂ ਨੇ ਨਾ ਸਾਰੀਆਂ ਮਿਥ ਮੈਥੋਲੋਜੀ ਨਾਲ ਸੰਬੰਧਿਤ ਨੇ, ਕੁਛ ਰਮਾਇਣ ਦੇ ਵਿੱਚੋਂ ਲਈਆਂ ਗਈਆਂ ਨੇ, ਕੁਛ ਜਿਹੜੀਆਂ ਹੈਗੀਆਂ ਉਹ ਸ਼ਿਵਜੀ ਮਹਾਰਾਜ ਦੇ ਜੀਵਨ ਨਾਲ ਨੇ, ਔਰ ਇੱਕ ਦੋ ਤਸਵੀਰਾਂ ਨੇ ਜਿਹੜੀਆਂ ਉਹ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਨਾਲ ਸੰਬੰਧਿਤ ਜਿਹੜੀਆਂ ਹੈਗੀਆਂ 'ਚ ਦਰਸਾਈਆਂ ਗਈਆਂ ਨੇ। ਇੰਨੀ ਕੁ ਮੇਰੀ ਜਾਣਕਾਰੀ ਕਬੂਲ ਕਰਨਾ। ਇਹ ਹਿੰਦੂ ਟੈਂਪਲ ਹੈ ਔਰ ਇਹਦੇ ਵਿੱਚ ਸ਼ਿਵਜੀ ਦੇ ਨਾਲ ਰਿਲੇਟਡ ਵੀ ਕੁਛ ਚੀਜ਼ਾਂ ਨੇ, ਕੁਛ ਐਸੀਆਂ ਜਿਹੜੀਆਂ ਪੇਂਟਿੰਗਸ ਬਣੀਆਂ ਹੋਈਆਂ ਨੇ ਉਹ ਰਮਾਇਣ ਦੀਆਂ ਕੁਛ ਕਹਾਣੀਆਂ ਤੋਂ ਲਈਆਂ ਗਈਆਂ ਨੇ। ਇੱਕ ਜਗ੍ਹਾ 'ਤੇ ਇੱਕ ਤਹਿਰੀਰ ਲਿਖੀ ਹੋਈ ਹੈ ਗੁਰਮੁਖੀ ਦੇ ਵਿੱਚ, ਉਹਦੇ ਉੱਤੇ ਲਿਖਿਆ ਹੋਇਆ ਸੀਆਪਤੀ ਕੀ ਜੇ ਹੋ, ਔਰ ਇੱਕ ਜਗ੍ਹਾ 'ਤੇ ਕੁਛ ਹੋਰ ਇਸ ਕਿਸਮ ਦੇ ਜਿਹੜੇ ਨਾ ਕੁਛ ਕਲਮਾਤ ਲਿਖੇ ਹੋਏ ਨੇ। ਅਤੇ ਉਹ ਬਹਰਹਾਲ ਮਜ਼ੀਦ ਵੀ ਅਸੀਂ ਉਹਨਾਂ ਦੇ ਮੁਤਲਕ ਤੁਹਾਨੂੰ ਦੱਸਾਂਗੇ, ਅਤੇ ਬਾਕੀ ਤੁਹਾਨੂੰ ਹੁਣ ਅਸੀਂ ਅੰਦਰੋਂ ਵੀ ਖਾਂਦੇ ਹਾਂ ਅਤੇ ਇਹਨਾਂ ਦੇ ਇਰਦ ਗਿਰਦ ਵੀ ਦਿਖਾਉਂਦੇ ਹਾਂ। ਔਰ ਇਹ ਜਿਹੜੀ ਜਗ੍ਹਾ ਹੈ ਇਹ ਨਾ ਕਾਫੀ ਵੀਰਾਨ ਜੀ ਜਗ੍ਹਾ ਦੇ ਉੱਤੇ, ਇਰਦ ਗਿਰਦ ਤਾਂ ਲੋਕ ਖੇਤੀਬਾੜੀ ਕਰਦੇ ਨੇ ਲੇਕਿਨ ਇਸ ਜਗ੍ਹਾ ਨੂੰ ਵੀਰਾਨ ਛੱਡਿਆ ਹੋਇਆ, ਇਸ ਕਰਕੇ ਇੱਥੇ ਬੜੇ ਪੁਰਾਣੇ ਪੁਰਾਣੇ ਦਰਖਤ ਨੇ, ਘਾਹ ਉੱਗੀ ਹੋਈ ਹੈ ਅਤੇ ਕੁਛ ਨਿਸ਼ਾਨਾਤ ਨੇ ਪੁਰਾਣੇ, ਮਤਲਬ ਉਹਦੇ ਸਿਹਨ ਦੇ ਉੱਤੇ ਕੁਛ ਚੀਜ਼ਾਂ ਐਸੀਆਂ ਹੈ ਨੇ। ਅਤੇ ਅੱਛਾ ਇੱਕ ਬੜੀ ਇੱਕ ਇੰਟਰਸਟਿੰਗ ਜੀ ਚੀਜ਼ ਹੈ ਮੈਂ ਸਮਝਦਾ ਵਾਂ, ਜਿਸ ਵਜ੍ਹਾ ਤੋਂ ਸ਼ਾਇਦ ਇਹ ਜਗ੍ਹਾ ਹਜੇ ਤੱਕ ਬਚੀ ਵੀ ਹੋਈ ਹੈ। ਅਸੀਂ ਜਦੋਂ ਇੱਥੇ ਵਿਜ਼ਿਟ ਕਰਨ ਦੇ ਆ ਰਹੇ ਸੀ, ਅਸੀਂ ਕਿਸੇ ਇੱਕ ਦੋ ਲੋਕਾਂ ਕੋਲੋਂ ਐਡਰੈਸ ਪੁੱਛਿਆ ਅਤੇ ਦੋ ਲੋਕ ਨੌਜਵਾਨ ਸੀ, ਉਹ ਮੋਟਰਸਾਈਕਲ 'ਤੇ ਜਾ ਰਹੇ ਸੀ। ਅਸੀਂ ਉਹਨਾਂ ਨੂੰ ਰੋਕ ਕੇ ਇਸ ਜਗ੍ਹਾ ਦਾ ਐਡਰੈਸ ਪਤਾ ਕੀਤਾ ਕਿ ਅਸੀਂ ਇੱਧਰ ਨੂੰ ਜਾਣਾ, ਅਤੇ ਉਹਨਾਂ ਨੇ ਆਪਣੀ ਲੈਂਗੁਏਜ ਦੇ ਵਿੱਚ ਤੁਹਾਨੂੰ ਕੀ ਕਿਹਾ ਜ਼ਰਾ ਦੱਸਣਾ। ਉਹਨਾਂ ਨੇ ਕਿਹਾ ਦੁਪਹਿਰੀ ਕੀ ਕਰਨ ਜਾ ਰਹੇ ਹੋ ਇੱਥੇ, ਖੈਰ ਤਾਂ ਹੈ। ਹਾਂ, ਉਸ ਤੋਂ ਬਾਅਦ ਵੀ ਉਹਨਾਂ ਨੇ ਕੋਈ ਇੱਕ ਜੁਮਲਾ ਕਿਹਾ ਸੀ ਤੁਹਾਨੂੰ, ਦੁਪਹਿਰੀ ਨਹੀਂ ਜਾਣਾ ਚਾਹੀਦਾ। ਹਾਂ, ਅੱਛਾ ਉਹਨਾਂ ਨੇ ਨਾ ਸਾਨੂੰ ਮਨਾ ਕੀਤਾ ਕਿ ਤੁਸੀਂ ਉੱਥੇ ਨਾ ਜਾਓ, ਅਤੇ ਮੁਕਾਮੀ ਲੋਕਾਂ ਦਾ ਵੀ ਇਸ ਕਿਸਮ ਦੀਆਂ ਜਿਹੜੀਆਂ ਪੁਰਾਣੀਆਂ ਜਗ੍ਹਾ ਉਹਨਾਂ ਦਾ ਖਿਆਲ ਇਹ ਹੁੰਦਾ ਕਿ ਉੱਥੇ ਕੋਈ ਇਸ ਕਿਸਮ ਦੀਆਂ ਕੋਈ ਐਨਰਜੀਜ਼ ਕੋਈ ਇਸ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਨੇ। ਦੁਬਾਰਾ ਸ਼ਾਇਦ ਇਹਦੀ ਬਚਤ ਦੀ ਵੀ ਵਜ੍ਹਾ ਸਿਰਫ ਇਹੀ ਹੈ ਕਿ ਇਹ ਚੀਜ਼ ਇਸ ਵਜ੍ਹਾ ਤੋਂ ਬਚੀ ਹੋਈ ਹੈ, ਅਤੇ ਹੁਣ ਤੁਹਾਨੂੰ ਅਸੀਂ ਇਹ ਸਾਰੀ ਜਿਹੜੀ ਜਗ੍ਹਾ ਨੇ ਅੰਦਰੋਂ ਵੀ ਦਿਖਾਵਾਂਗੇ। ਅੱਛਾ ਜੀ, ਇਹ ਇੱਕ ਛੋਟੀ ਜਿਹੀ ਕੋਈ ਕੰਸਟਰਕਸ਼ਨ ਹੈ, ਕੋਈ ਚੀਜ਼ ਬਣੀ ਹੋਈ ਹੈ, ਅਤੇ ਇਸ ਟਾਈਮ ਇਹਦੇ ਉੱਤੇ ਇੱਥੋਂ ਦੇ ਮੁਕਾਮੀ ਲੋਕਾਂ ਨੇ ਨਾ ਇਹਦੇ 'ਤੇ ਕੁਛ ਚਾਦਰਾਂ ਵਗੈਰਾ ਦਿੱਤੀਆਂ ਹੋਈਆਂ ਨੇ। ਅਤੇ ਇਹ ਕੋਈ ਚੀਜ਼ ਸੀ ਜਿਹੜੀ ਨਾ ਇਹ ਬਣੀ ਹੋਈ ਇੱਥੇ, ਅਤੇ ਇਹਦੇ ਥੱਲੇ ਇਹ ਜ਼ਮੀਨ ਹੈ, ਅਤੇ ਸਾਨੂੰ ਇੱਥੋਂ ਦੇ ਮੁਕਾਮੀ ਲੋਕਾਂ ਨੇ ਦੱਸਿਆ ਕਿ ਇਹਨੂੰ ਕਈ ਦਫ਼ਾ ਨਾ ਇਹ ਜ਼ਮੀਨ ਪੁੱਟੀ ਗਈ ਹੈ, ਬਲਕਿ ਇੱਥੇ ਤੋਂ ਲੋਕਾਂ ਦਾ ਖਿਆਲ ਹੈ ਕਿ ਆਪ ਹੀ ਪੁੱਟੀ ਜਾਂਦੀ ਹੈ, ਅਤੇ ਉਹ ਇਹਦਾ ਇੱਕ ਮੌਜਜ਼ਾ ਜਿਹਾ ਪਤਾ ਨਹੀਂ ਦੱਸ ਰਹੇ ਨੇ ਕਿ ਉਹ ਇਹਨੂੰ ਇਹਦੇ 'ਤੇ ਰੱਖਦੇ ਨੇ ਅਤੇ ਆਹ ਪੁੱਟੀ ਜਾਂਦੀ ਜੀ ਆਪ ਹੀ। ਅਤੇ ਬਹਰਹਾਲ ਮੇਰਾ ਇਹ ਖਿਆਲ ਹੈ, ਅਸੀਂ ਮੁਖਤਲਿਫ ਜਗ੍ਹਾ 'ਤੇ ਹੋਰ ਵੀ ਗਏ ਹਾਂ, ਅਤੇ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕੋਈ ਚੀਜ਼ ਲੱਭਣ ਵਾਸਤੇ, ਤਲਾਸ਼ ਕਰਨ ਵਾਸਤੇ ਲੋਕਾਂ ਦਾ ਖਿਆਲ ਹੈ ਕਿ ਸ਼ਾਇਦ ਪਹਿਲੇ ਜਿਹੜੇ ਲੋਕ ਸੀ ਨਾ ਉਹ ਕੋਈ ਆਪਣੀ ਕੀਮਤੀ ਚੀਜ਼ ਇੱਥੇ ਦਫਨਾਉਂਦੇ ਹੋਣਗੇ ਨਾਲ, ਜਾਂ ਲੋਕਾਂ ਦਾ ਇਹ ਵੀ ਖਿਆਲ ਹੈ ਕਿ ਜਦੋਂ ਪਾਰਟੀਸ਼ਨ ਹੋਈ ਲੋਕ ਇੱਥੋਂ ਉੱਧਰਲੇ ਪਾਸੇ ਗਏ ਅਤੇ ਉੱਧਰੋਂ ਇੱਧਰ ਆਏ, ਇੱਥੋਂ ਸਾਨੂੰ ਮੁਕਾਮੀ ਜ਼ਬਾਨ 'ਚ ਕਹਿ ਰਹੇ ਸੀ ਜਦੋਂ ਲੁੱਟ ਪਈ, ਅਤੇ ਉਦੋਂ ਵੀ ਲੋਕਾਂ ਦਾ ਖਿਆਲ ਹੈ ਕਿ ਲੋਕ ਜਾਂਦੇ ਜਾਂਦੇ ਨਾ ਆਪਣੀਆਂ ਚੀਜ਼ਾਂ ਕੋਈ ਐਨ ਜੀ ਮੰਦਰਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਛੁਪਾ ਕੇ ਗਏ, ਅਤੇ ਮੇਰਾ ਖਿਆਲ ਹੈ ਕਿ ਇਹ ਕੋਈ ਕਰਾਮਤ ਨਹੀਂ ਹੁੰਦੀ, ਬਲਕਿ ਇਹ ਕੋਈ ਲੋਕ ਰਾਤ ਦੇ ਟਾਈਮ ਛੁਪ ਕੇ ਇੱਥੇ ਕੋਈ ਚੀਜ਼ ਲੱਭਣ ਵਾਸਤੇ ਜਾਂ ਕੋਈ ਚੀਜ਼ ਛੁਪਾਉਣ ਵਾਸਤੇ ਇਹਨੂੰ ਉਹ ਕਰਦੇ ਨੇ। ਅਤੇ ਬਹਰਹਾਲ ਤੁਸੀਂ ਅਗਰ ਇੱਧਰ ਦੇਖੋ ਤਾਂ ਇੱਥੇ ਜਿਹੜੇ ਨਾ ਹਜੇ ਵੀ ਲੋਕਾਂ ਨੇ ਇੱਥੇ ਦੀਵਾ ਜਲਾਇਆ ਹੋਇਆ ਹੈ, ਅਤੇ ਇੱਥੋਂ ਦੇ ਜਿਹੜੇ ਮੁਕਾਮੀ ਲੋਕ ਨੇ ਮੁਸਲਸਲ ਜਲ ਰਿਹਾ, ਇਹ ਇਹਨਾਂ ਲੋਕਾਂ ਦਾ ਖਿਆਲ ਹੈ ਕਿ ਬਜ਼ੁਰਗ ਜਿਹੜੇ ਨੇ ਉਹ ਬੇਸ਼ੱਕ ਉਹਨਾਂ ਦਾ ਮਜ਼ਹਬ ਹਿੰਦੂ ਸੀ ਲੇਕਿਨ ਇੱਥੋਂ ਦੇ ਲੋਕ ਹਜੇ ਵੀ ਇਹਨਾਂ ਦੀ ਰਿਸਪੈਕਟ ਵੀ ਕਰਦੇ ਨੇ ਅਤੇ ਮੰਨਤ ਵਗੈਰਾ ਵੀ ਮੰਨਦੇ ਨੇ, ਇੱਥੇ ਆ ਕੇ ਦੀਵਾ ਜਲਾਉਂਦੇ ਨੇ, ਬਾਜ਼ ਦਫ਼ਾ ਲੋਕ ਇੱਥੇ ਆ ਕੇ ਖਾਣਾ ਤਕਸੀਮ ਕਰਦੇ ਨੇ, ਜਿਹਦੀ ਮੰਨਤ ਪੂਰੀ ਹੁੰਦੀ ਹੈ ਉਹ ਵੀ ਇੱਥੇ ਆ ਕੇ ਜਿਹੜਾ ਨਾ ਕੋਈ ਖਾਣਾ ਵਗੈਰਾ ਤਕਸੀਮ ਕਰਦਾ, ਇੱਥੇ ਮਿਲ ਕੇ ਬਹਿੰਦੇ ਨੇ। ਅਤੇ ਇਸੇ ਤਰੀਕੇ ਨਾਲ ਇੱਥੇ ਤੁਹਾਨੂੰ ਉਹ ਦੀਵੇ ਸ਼ੀਵੇ ਜਲਦੇ ਹੋਏ ਜਿਹੜੇ ਨੇ ਨਾ ਉਹ ਸਾਰੇ ਨਜ਼ਰ ਆ ਰਹੇ ਨੇ, ਅਤੇ ਦੀਵਾਰਾਂ ਦੇ ਉੱਤੇ ਵੀ ਨਕਸ਼ੋ ਨਗਾਰ ਜਿਹੜਾ ਉਸੇ ਜ਼ਮਾਨੇ ਦੀਆਂ ਕੁਝ ਚੀਜ਼ਾਂ ਲਿਖੀਆਂ ਹੋਈਆਂ ਸਾਨੂੰ ਨਜ਼ਰ ਆਉਂਦੀਆਂ ਨੇ। ਅਤੇ ਇੱਧਰ ਵੀ ਲੋਕਾਂ ਨੇ ਜਿਹੜੀਆਂ ਆਪਣੀਆਂ ਮੰਨਤਾਂ ਨੇ ਉਹ ਵੀ ਲਿਖੀਆਂ ਹੋਈਆਂ ਨੇ, ਅਤੇ ਇਹ ਵੀ ਅਸੀਂ ਤੁਹਾਨੂੰ ਐਕਸਪਲੇਨ ਕਰਾਂਗੇ ਕਿਸੇ ਕੋਲੋਂ ਪੁੱਛ ਕੇ ਕਿ ਇਹ ਜਿਹੜੀਆਂ ਇੱਥੇ ਕੋਈ ਡਰਾਇੰਗਸ ਹੋਈਆਂ ਹੋਈਆਂ ਨੇ ਜਾਂ ਪੇਂਟਿੰਗਸ ਬਣੀਆਂ ਨੇ ਅਤੇ ਇਹ ਕੀ ਚੀਜ਼ਾਂ ਨੇ ਛੱਤ ਦੇ ਉੱਤੇ ਵੀ। ਬਹਰਹਾਲ ਇਹ ਬੜਾ ਜਿਹੜਾ ਨਾ ਇੱਥੇ ਇਹ ਇਹਦੇ 'ਤੇ ਇੱਕ ਕੰਮ ਹੋਇਆ ਹੋਇਆ, ਲੇਕਿਨ ਹੁਣ ਇੱਥੇ ਚੰਦ ਲੋਕ ਮੁਕਾਮੀ ਜਿਹੜੇ ਨੇ ਉਹ ਇੱਥੇ ਆਉਂਦੇ ਨੇ, ਦੂਸਰੇ ਲੋਕ ਦੂਰੋਂ ਦੂਰੋਂ ਵੀ ਆਉਂਦੇ ਨੇ। ਪਹਿਲੇ ਇੱਥੇ ਸਾਨੂੰ ਇੱਕ ਬਜ਼ੁਰਗ ਨੇ ਦੱਸਿਆ ਕਿ ਪਹਿਲੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਸੀ ਕਰਾਚੀ ਤੋਂ, ਲੇਕਿਨ ਹੁਣ ਜਿਹੜਾ ਨਾ ਉਹ ਜ਼ਿਆਦਾ ਲੋਕ ਨਹੀਂ ਆਉਂਦੇ। ਅਤੇ ਇਸ ਜਗ੍ਹਾ ਨੂੰ ਹੁਣ ਬਾਬਾ ਖੇਮ ਚੰਦ ਦੇ ਨਾਂ ਤੋਂ ਇਹ ਮਸ਼ਹੂਰ ਹੈ, ਜਿਨ੍ਹਾਂ ਨੂੰ ਤਾਂ ਪਤਾ
ਤੇ ਉਹ ਤੇ ਇਹਨੂੰ ਬਾਬਾ ਖੇਮ ਚੰਦ ਹੀ ਕਹਿੰਦੇ ਨੇ। ਕਈ ਲੋਕਾਂ ਨੇ ਇਹਨੂੰ ਮੁਸਲਿਮ ਵੀ ਇਹਨੂੰ ਇੱਕ ਦਰਗਾਹ ਜੀ ਵੀ ਲੋਕ ਅੰਡਰਸਟੈਂਡ ਕਰਦੇ ਨੇ, ਸਮਝਦੇ ਨੇ, ਅਤੇ ਉਹ ਇਹਨੂੰ ਬਾਬਾ ਖੇਮ ਚੰਦ ਸ਼ਾਹ ਕਹਿੰਦੇ ਨੇ। ਇਹਦੇ ਉੱਤੇ ਹਜੇ ਵੀ ਚਾਦਰ ਵਗੈਰਾ ਵੀ ਦਿੱਤੀ ਹੋਈ ਹੈ ਅਤੇ ਇੱਥੇ ਸੱਫ ਵੀ ਪਈ ਹੈ, ਕੁਛ ਲੋਕ ਆ ਕੇ ਬਹਿੰਦੇ ਨੇ, ਅਤੇ ਇੱਥੇ ਬਕਾਇਦਾ ਪਾਣੀ ਦਾ ਮਟਕਾ ਹੈ ਅਤੇ ਇੱਥੇ ਇਹਦੇ ਵਿੱਚ ਪਾਣੀ ਛਾਣੀ ਹੈ, ਮਤਲਬ ਲੋਕਾਂ ਵਾਸਤੇ ਉਹਨੇ ਰੱਖਿਆ ਕਿ ਅਗਰ ਕੋਈ ਆਵੇ ਅਤੇ ਉਹ ਪਾਣੀ ਛਾਣੀ ਪੀ ਸਕੇ। ਸਾਫ਼ ਪਈ ਹੈ, ਇੱਥੇ ਕੁਛ ਲੋਕ ਬਹਿੰਦੇ ਨੇ। ਅਤੇ ਤੁਹਾਡੇ ਸਾਰਿਆਂ ਦਾ ਦੇਖਣ ਦਾ ਜਿਹੜਾ ਉਹ ਤੁਹਾਡਾ ਬਹੁਤ ਸ਼ੁਕਰੀਆ। ਅਤੇ ਇਸ ਟਾਈਮ ਸਾਡੇ ਨਾਲ ਜਿਨ੍ਹਾਂ ਨੇ ਇਸ ਟਾਈਮ ਜਿਹੜਾ ਕੈਮਰਾ ਚਲਾ ਰਹੇ ਨੇ, ਮੁਹੰਮਦ ਅਹਿਮਦ ਰਜ਼ਾ ਸਾਹਿਬ ਨੇ, ਇਹਨਾਂ ਨੇ ਸਾਨੂੰ ਕਾਫ਼ੀ ਹੈਲਪ ਕੀਤਾ ਅਤੇ ਇਸ ਟਾਈਮ ਕੈਮਰੇ 'ਤੇ। ਅਤੇ ਮੈਂ ਚਾਹੁੰਦਾ ਹਾਂ ਕਿ ਥੋੜ੍ਹੀ ਦੇਰ ਇਹ ਵੀ ਕੈਮਰੇ ਦੇ ਸਾਹਮਣੇ ਆ ਕੇ ਅਤੇ ਆਪਣਾ ਨਾਂ ਅਤੇ ਆਪਣਾ ਤਾਰਫ ਦੱਸਣ। ਮੇਰਾ ਨਾਮ ਮੁਹੰਮਦ ਅਹਿਮਦ ਰਜ਼ਾ ਔਰ ਕੈਮਰਾ ਚਲਾ ਕੇ ਮੈਨੂੰ ਬਹੁਤ ਹੀ ਅੱਛਾ ਲੱਗਾ।